पहली गल तो यही है जिहड़ी तुसीं वन नेशन वन इलैक्शन की गल करी आ ਉਹ ਤਾਂ ਹੁਣ ਤੁਹਾਡੇ ਸਾਹਮਣੇ ਆਏ ਗਿਆ ਵੀ ਵਨ ਨੇਸ਼ਨ ਵਨ ਇਲੈਕਸ਼ਨ ਵੀ ਜਿਹੜੀ ਇਹ ਕਰਨਾ ਵੀ ਉਹ ਕਿੰਨੀ ਕੁ ਔਖੀ ਆ ਜਾਂ ਕਿੰਨੀ ਕੁ ਸੰਭਵ ਆ ਉਹ ਤਾਂ ਸਭ ਦੇ ਸਾਹਮਣੇ ਆ ਕਿਉਂਕਿ ਜਿਵੇਂ ਜਿਸ ਤਰੀਕੇ ਗੱਲ ਹੈ 2 ਮਹੀਨੇ ਦਾ ਜਿਹੜਾ ਚੋਣ ਆ ਜਿਹੜਾ ਚੱਲਿਆ ਇਹਨਾਂ ਨੇ ਪ੍ਰੋਗਰਾਮ ਦੇ ਆ ਬਾਕੀ ਇਹ ਗੱਲ ਵੀ ਚੋਣ ਕਮਿਸ਼ਨ ਬਹੁਤ ਨਿਰਪੱਖ ਆ ਬਹੁਤ ਆ ਉਹ ਵੀ ਸਭ ਦੇ ਸਾਹਮਣੇ ਆ ਜਿਹੜੇ ਚੋਣ ਕਮਿਸ਼ਨਰ ਦੀ ਜਿਹੜੀ ਵਿਧੀ ਆ ਉਹ ਜਿਸ ਹਿਸਾਬ ਦੇ ਨਾਲ ਪਾਰਲੀਮੈਂਟ ਦੇ ਵਿੱਚ ਬਦਲੀ ਗਈ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਉਹਦੇ ਚੋਂ ਕੱਢਿਆ ਗਿਆ ਬਾਹਰ ਤੇ 2 ਮੈਂਬਰ ਜਿਹੜੇ ਆ ਉਹ ਸੱਤਾਧਾਰੀ ਪਾਰਟੀ ਦੇ ਇੱਕ ਆਪੋਜੀਸ਼ਨ ਦਾ ਉਹ ਵੀ ਸਭ ਦੇ ਸਾਹਮਣੇ ਆ ਚਲੋ ਇਹ ਕੁਛ ਹੋਣ ਦੇ ਬਾਵਜੂਦ ਵੀ ਜਿਹੜਾ ਚੋਣ ਕਮਿਸ਼ਨ ਦਾ ਜਿਹੜਾ ਪਾਰਲੀਮੈਂਟ ਵੱਲੋਂ ਜਿਵੇਂ ਇਹ ਨਵਾਂ ਜਿਹੜਾ ਸੰਸ਼ੋਧਨ ਲੈ ਗਿਆ ਉਹਦੇ ਬਾਰੇ ਵੀ ਕਈ ਪਟੀਸ਼ਨਾਂ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੈਗਾ ਤੇ ਪਰ ਜਿਸ ਹਿਸਾਬ ਦੇ ਨਾਲ 1 ਲੱਖ ਇਹ ਹੋਇਆ ਸਿਸਟਮ ਤਾਂ ਉਹ ਤੋਂ ਤਾਂ ਇਹ ਲੱਗਦਾ ਵੀ ਜਿਹੜਾ ਨਵੇਂ ਚੋਣ ਕਮਿਸ਼ਨਰ ਨਾਲ ਸ਼ਾਇਦ ਉਹਨਾਂ ਨੂੰ ਇੰਨਾ ਗੱਲਬਾਤ ਕਰਨ ਦਾ ਇੰਨਾ ਵਿਚਾਰ ਕਰਨ ਦਾ ਸਮਾਂ ਨਹੀਂ ਮਿਲਿਆ ਕਿਉਂਕਿ 1-2 ਦਿਨ ਪਹਿਲਾਂ ਉਹਨਾਂ ਦੀ ਅਪਾਇੰਟਮੈਂਟ ਹੁੰਦੀ ਆ ਤੇ ਨਾਲ ਦੀ ਨਾਲ ਇਲੈਕਸ਼ਨਾਂ ਹੋ ਜਾਂਦੀਆਂ ਉਹ ਸਿਸਟਮ ਹੈਗਾ ਇਹ ਗੱਲ ਇਹ ਵੀ ਸਹੀ ਆ ਵੀ ਜਿਹੜਾ ਇਹ ਸਾਰੇ ਦੇਸ਼ ਦੀਆਂ ਇਲੈਕਸ਼ਨਾਂ ਕਰਾਉਣ ਦੇ ਲਈ ਟਾਈਮ ਤਾਂ ਲੱਗਦਾ ਕਿਉਂਕਿ ਵਨ ਨੇਸ਼ਨ ਵਨ ਉਹ ਤਾਂ ਕਹਿਣ ਦੀਆਂ ਗੱਲਾਂ ਪਰ ਇਲੈਕਸ਼ਨ ਨੂੰ ਟਾਈਮ ਲੱਗਦਾ ਲੰਮੇ ਸਮੇਂ ਲਈ ਪਰ ਜਿੱਥੇ ਤੱਕ ਗੱਲ ਆ ਜਾਂਦੀ ਆ ਇਹ ਗੱਲ ਇਤਰਾਜ ਆ ਰਹੇ ਆ ਵੀ ਜੂਨ ਦੇ ਵਿੱਚ ਜਿਹੜਾ 4 ਜੂਨ ਨੂੰ ਰਿਜ਼ਲਟ ਰੱਖਿਆ ਦਰਬਾਰ ਸਾਹਿਬ ਤੇ ਕਿਉਂਕਿ ਜਿਹੜਾ ਘੱਲੂਘਾਰਾ ਦਿਵਸ ਚੱਲਦਾ ਹੈ 3 ਜੂਨ ਤੇ ਹਮਲਾ ਹੁੰਦਾ ਹੈ ਤੇ 5-6 ਤੱਕ ਜਿਹੜਾ ਚੱਲਦਾ ਹੈ ਉਹ ਸਿਸਟਮ ਤੇ ਉਹ ਤਾਂ ਸਿੱਖ ਸੈਂਟੀਮੈਂਟਸ ਦੀ ਕੌਣ ਪ੍ਰਵਾਹ ਕਰਦਾ ਇੱਥੇ ਕਿਸੇ ਨੇ ਪ੍ਰਵਾਹ ਨਹੀਂ ਕਰੀ ਕਿਉਂਕਿ ਸਿੱਖ ਸੈਂਟੀਮੈਂਟਸ ਤਾਂ 1955 ਦੇ ਵਿੱਚ ਵੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ ਉਹਦੀ ਵੀ ਕੋਈ ਪ੍ਰਵਾਹ ਨਹੀਂ ਹੋਈ ਫਿਰ 1984 ਚ ਵੀ ਹੋਇਆ ਉਹਦੇ ਚ ਵੀ ਸਾਰੇ ਸ਼ਾਮਲ ਸੀਗੇ ਕੋਈ ਕਿਤਾਬਾਂ ਲਿਖ ਰਹੇ ਆ ਐਲਕੇ ਅਡਵਾਨੀ ਵਰਗੇ ਵੀ ਇੰਦਰਾ ਗਾਂਧੀ ਨੇ ਹਮਲਾ ਕਰਿਆ ਉਹ ਸਾਰਾ ਜੋ ਪੋਲੀਟੀਕਲ ਸਿਸਟਮ ਹੈਗਾ ਸਿੱਖ ਸੈਂਟੀਮੈਂਟਸ ਵਾਲੀ ਇਹ ਗੱਲ ਵਾਕਈ ਹਰਟ ਕਰਦੀ ਆ ਸਿੱਖਸ ਨੂੰ ਪਰ ਇਹਦਾ ਅਸਰ ਕੋਈ ਨਹੀਂ ਹੈਗਾ ਇਹ ਬਿਲਕੁਲ ਸਹੀ ਆ ਬਾਕੀ ਜਿਹੜੀ ਗੱਲ ਇਹਨਾਂ ਨੇ ਇਲੈਕਸ਼ਨਾਂ ਦਾ ਡਿਕਲੇਅਰ ਕਰਿਆ 2 ਮਹੀਨੇ ਦਾ 2 ਮਹੀਨੇ ਦੀਆਂ ਹੁਣ ਜਿਹੜੀਆਂ ਇਲੈਕਸ਼ਨਾਂ ਦਾ ਸਿਸਟਮ ਇਹਨਾਂ ਨੇ ਡਿਕਲੇਅਰ ਕਰਿਆ ਉਹਦੇ 'ਚ ਜਿਨ੍ਹਾਂ ਪਾਰਟੀਆਂ ਨੇ ਉਮੀਦਵਾਰ ਆਮ ਆਦਮੀ ਪਾਰਟੀ ਨੇ ਤਾਰ ਦਿੱਤੇ ਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਇਹ ਗੱਲ ਬਿਲਕੁਲ ਕਲੀਅਰ ਆ ਵੀ 2 ਮਹੀਨੇ ਦੇ ਵਿੱਚ ਇੱਕ ਇਲੈਕਸ਼ਨ ਨੂੰ ਲਗਾਤਾਰ ਹੇਠਾਂ ਤੋਂ ਲੈ ਕੇ ਉੱਪਰ ਤੱਕ ਜਾਣਾ ਕੰਟੀਨਿਊਟੀ ਬਰਕਰਾਰ ਰੱਖਣੀ ਉਹਦੇ ਲਈ ਬਹੁਤ ਜ਼ੋਰ ਲੱਗਦਾ ਹੈ ਤੇ ਉਹਦੇ ਲਈ ਖਰਚਾ ਵੀ ਤੇ ਜਿਹੜੇ ਉਮੀਦਵਾਰ ਨੂੰ ਬਹੁਤ ਜ਼ਿਆਦਾ ਝੱਲਣਾ ਪੈਂਦਾ ਹੈ ਉਹ ਸਾਰਾ ਉਹਨਾਂ ਤੇ ਉਨਾ ਹੀ ਜ਼ਿਆਦਾ ਭਾਰ ਵਧਣਾ ਹੈ ਜਿੰਨਾ ਹੀ ਜਿਉਂ ਜਿਉਂ ਉਹਦਾ ਟਾਈਮ ਸਪੈਨ ਆ ਜਿਹੜਾ ਵੱਧਦਾ ਚਲਾ ਜਾਣਾ ਇਹ ਗੱਲ ਠੀਕ ਆ ਵੀ ਦੂਜੇ ਪਾਰਟੀਆਂ ਨੇ ਜੇ ਆਪਣੇ ਉਮੀਦਵਾਰ ਨਹੀਂ ਤਾਰੇ ਉਹ ਨਹੀਂ ਤਾਰੇ ਕਿਉਂ ਨਹੀਂ ਤਾਰੇ ਹੋ ਸਕਦਾ ਇਹ ਵੀ ਗੱਲ ਹੋ ਸਕਦੀ ਹੈ ਵੀ ਜਿਵੇਂ ਅਕਾਲੀ ਦਲ ਬੀਜੇਪੀ ਦੇ ਜਾਂ ਅੰਦਰੋਗਤੀ ਜੋ ਗੱਲਬਾਤ ਦੀ ਸੰਭਾਵਨਾਵਾਂ ਚੱਲ ਰਹੀਆਂ ਸਮਝੌਤੇ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਅੱਜ ਵੀ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ ਦਾ ਤੇ ਦਲਜੀਤ ਸਿੰਘ ਚੀਮਾ ਹੋਣਾ ਦਾ ਉਹਨਾਂ ਦਾ ਬਿਆਨ ਸੀਏ ਦੇ ਹੱਕ 'ਚ ਲੱਗਿਆ ਵਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਤਾਂ ਬਿਲਕੁਲ ਕਿਹਾ ਵੀ ਜੇ ਸਮਝੌਤਾ ਹੋ ਜਾਵੇ ਤਾਂ ਬੜੀ ਚੰਗੀ ਗੱਲ ਆ ਹੋ ਸਕਦਾ ਇਹਦਾ ਵੀ ਇਹਨਾਂ ਨੂੰ ਅਨਾਲਿਸਿਸ ਚੱਲ ਰਿਹਾ ਹੋਣਾ ਪਰ ਇੱਕ ਗੱਲ ਜ਼ਰੂਰ ਆ ਵੀ ਜਿਹੜੇ ਪਹਿਲਾਂ ਉਮੀਦਵਾਰ ਤਾਰਦੇ ਆ ਉਹਨਾਂ ਨੂੰ ਇਹਦਾ ਫਾਇਦਾ ਵੀ ਹੋ ਸਕਦਾ ਕਿਉਂਕਿ ਉਹ ਆਪਣੇ ਜਿਹੜੇ ਵੋਟਰਸ ਆ ਉਹਨੂੰ ਨਾਲ ਜੋੜ ਸਕਦੇ ਆ ਜਿਹੜੇ ਆਪਣੇ ਗਿਲੇ ਸ਼ਿਕਵੇ ਦੂਰ ਕਰ ਸਕਦੇ ਆ ਤੇ ਲੰਮੀ ਲੜਾਈ ਲਈ ਜੇ ਕੰਟੀਨਿਊਟੀ ਬਰਕਰਾਰ ਰੱਖਦੇ ਆ ਫਾਇਦਾ ਵੀ ਹੋ ਸਕਦਾ ਬਾਕੀ ਅਸਲ ਮੁਕਾਬਲਾ ਜਦ ਪਤਾ ਲੱਗਣਾ ਜਦੋਂ ਇਹਨਾਂ ਨੇ ਉਮੀਦਵਾਰ ਤਾਰਨੇ ਆ ਸਮਝੌਤੇ ਤੋਂ ਬਾਅਦ ਤਾਰਨੇ ਆ ਇਕੱਲੇ ਇਕੱਲੇ ਤਾਰਨੇ ਆ ਕਿਉਂਕਿ ਇਸ਼ੂ ਸਾਰੇ ਜਿਉਂ ਦੇ ਤਿਉਂ ਆ ਕਿਸਾਨੀ ਅੰਦੋਲਨ ਦੇ ਵੀ ਇਸ਼ੂ ਕਿਸਾਨਾਂ ਦੇ ਵੀ ਉਦਾਂ ਹੀ ਖੜੇ ਆ MSP ਵਾਲੇ ਜੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜੀ ਗੋਲੀ ਚਲਾਈ ਆ ਹਰਿਆਣਾ ਸਰਕਾਰ ਨੇ ਉਹ ਵੀ ਆ ਜਿਵੇਂ ਜ਼ਖਮੀ ਹੋਏ ਅੱਖਾਂ ਚਲੇ ਗਈਆਂ ਕਈ ਹੈਂਡੀਕੈਪ ਕਰਤੇ ਲੱਤਾਂ ਤੋੜ ਦਿੱਤੀਆਂ ਗਈਆਂ ਸ਼ੁਭਕਰਨ ਸਿੰਘ ਸ਼ਹੀਦ ਕਰਤਾ ਉਹ ਸਾਰੇ ਪ੍ਰਿਤਪਾਲ ਸਿੰਘ ਨੂੰ ਕਿਡਨੈਪ ਕਰਕੇ ਲੈ ਗਏ ਉਹ ਵੀ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਆ ਉਹ ਸਾਰਾ ਉਹ ਸੇਮ ਟੂ ਸੇਮ ਅਜੇ ਚੱਲ ਰਿਹਾ ਤੇ ਦੂਜੇ ਪਾਸੇ ਇੱਕ ਹੋਰ ਬੜਾ ਇਸ਼ੂ ਭਖਵਾਂ ਪੰਜਾਬ ਦੇ ਵਿੱਚ ਜਿਹੜਾ ਗਰਮ ਮੁੱਦਾ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਜਿਵੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ NSA ਲਾ ਕੇ ਉਹਨੂੰ ਭੇਜਿਆ ਗਿਆ ਅੱਜ ਜਿਵੇਂ ਉਹਨਾਂ ਉੱਥੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਵੀ ਆ ਉਹਨਾਂ ਸਾਰਿਆਂ ਨੇ ਤੇ ਔਰ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਲੱਗ ਰਹੀਆਂ ਉਧਰ ਉਹਨਾਂ ਦੇ ਜਿਹੜੇ ਪਰਿਵਾਰ ਆ ਉਹ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਘਰ ਵਾਲੀਆਂ ਉਹਨਾਂ ਦੇ ਰਿਸ਼ਤੇਦਾਰ ਉੱਥੇ ਅੰਮ੍ਰਿਤਸਰ ਬੈਠੇ ਆ ਬਹੁਤ ਵੱਡਾ ਇਕੱਠ ਹੋਇਆ ਅੱਜ ਰੁਕਣ ਦੀ ਕੋਸ਼ਿਸ਼ ਵੀ ਕਰੀ ਉਹਦੇ ਬਾਵਜੂਦ ਵੀ ਉੱਥੇ ਹਜ਼ਾਰਾਂ ਦਾ ਵੱਡਾ ਇਕੱਠ ਹੋਇਆ ਤਾਂ ਉਹ ਵੀ ਇੱਕ ਵੱਡਾ ਇਸ਼ੂ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਤੇ ਇਹ ਵੀ ਪੋਲੀਟੀਕਲ ਇਸ਼ੂ ਤਾਂ ਕੁਐਸਚਨ ਦੇਣਾ ਪੈਣਾ ਰਾਜ ਸਾਹਿਬ